ਸਤਿ ਸ਼੍ਰੀ ਅਕਾਲ ਜੀ। ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗੱਲਾਂ ਕਰਨੀਆਂ ਤੁਹਾਡੇ ਨਾਲ। ਦੋਵੇਂ ਗੱਲਾਂ ਜਿਹੜੀਆਂ ਹੈਗੀਆਂ ਕਿਸਾਨ ਅੰਦੋਲਨ ਦੇ ਨਾਲ ਸੰਬੰਧਿਤ ਆ। ਤੁਹਾਨੂੰ ਪਤਾ ਕਿ ਕਿਸਾਨ ਅੰਦੋਲਨ ਜਿਹੜਾ ਦੋ ਉਹ ਚੱਲ ਰਿਹਾ ਸ਼ੰਭੂ ਬਾਰਡਰ 'ਤੇ, ਖਨੌਰੀ ਬਾਰਡਰ 'ਤੇ ਸਾਡੇ ਕਿਸਾਨ ਬੈਠੇ ਹੋਏ ਨੇ, ਅਤੇ ਅੱਗੋਂ ਹਰਿਆਣਾ ਪੁਲਿਸ ਨੇ ਬੈਰੀਗੇਡਿੰਗ ਕਰਕੇ ਕਿਸਾਨਾਂ ਨੂੰ ਰੋਕਿਆ ਹੋਇਆ, ਅਤੇ ਉੱਥੇ ਬਹੁਤ ਹੀ ਭਾਰਾ ਜਿਹੜਾ ਮਤਲਬ ਨੁਕਸਾਨ ਕਿਸਾਨਾਂ ਦਾ ਕੀਤਾ ਜਾ ਰਿਹਾ, ਸਾਡੇ ਕਿਸਾਨਾਂ ਨੂੰ ਸ਼ਹੀਦ ਕੀਤਾ ਜਾ ਰਿਹਾ। ਅਤੇ ਉੱਥੇ ਪਿਛਲੇ ਦਿਨ ਕੁਛ ਵੀਡੀਓ ਵਾਇਰਲ ਹੋਈਆਂ ਸੀ ਵੀ ਗੋਦੀ ਮੀਡੀਆ ਦੇ ਕੁਛ ਪੱਤਰਕਾਰ ਆ ਜਿਹੜੇ ਕੁਛ ਛੋਟੇ ਛੋਟੇ ਬੱਚਿਆਂ ਨੂੰ MSP ਦਾ ਮਤਲਬ ਪੁੱਛਦੇ ਆ। ਸਭ ਤੋਂ ਪਹਿਲਾਂ MSP ਕੀ ਆ? MSP ਸਿੱਧੇ ਜਿਹੇ ਸੌਖੇ ਸ਼ਬਦਾਂ ਦੇ ਵਿੱਚ ਇਹ ਆ ਵੀ ਘੱਟੋ ਘੱਟ ਮੁੱਲ। ਕਿਸਾਨ ਇਹ ਮੰਗ ਕਰ ਰਹੇ ਆ ਕਿ ਸਾਡੀ ਫਸਲ ਦਾ ਘੱਟੋ ਘੱਟ ਮੁੱਲ ਆ ਜਿਹੜਾ ਉਹ ਤੈਅ ਕੀਤਾ ਜਾਵੇ, ਅਤੇ ਉਹਦਾ ਗਰੰਟੀ ਕਾਨੂੰਨ ਬਣਾਇਆ ਜਾਵੇ ਤਾਂ ਕਿ ਜਿਹੜੀ ਫਸਲ ਆ ਉਹਨੂੰ MSP ਤੋਂ ਘੱਟ ਰੇਟ 'ਤੇ ਨਾ ਖਰੀਦਿਆ ਜਾਵੇ। ਕਿਉਂਕਿ ਹੁੰਦਾ ਕੀ ਹੈ ਵੀ ਜਦੋਂ ਕਿਸਾਨ ਫਸਲ ਲੈ ਕੇ ਮੰਡੀ ਦੇ ਵਿੱਚ ਜਾਂਦਾ, ਜਿਹੜੀ ਸਰਕਾਰੀ ਖਰੀਦ ਹੁੰਦੀ ਆ ਉਹ MSP 'ਤੇ ਹੁੰਦੀ ਆ, ਪਰ ਜੋ ਜਿਹੜਾ ਅਨਾਜ ਰਹਿ ਜਾਂਦਾ ਜਾਂ ਕੋਈ ਫਸਲ ਰਹਿ ਜਾਂਦੀ ਵਿਕਣ ਵਾਲੀ, ਉਸ ਤੋਂ ਬਾਅਦ ਕੀ ਹੁੰਦਾ ਵੀ ਜਿਹੜੇ ਪ੍ਰਾਈਵੇਟ ਅਦਾਰੇ ਆ ਉਹ ਫਸਲ ਖਰੀਦਦੇ ਆ, ਅਤੇ ਉਹ ਬਹੁਤ ਹੀ ਘੱਟ ਰੇਟ 'ਤੇ ਫਸਲ ਖਰੀਦਦੇ ਆ। ਇਸ ਕਰਕੇ ਇਹ ਅੰਦੋਲਨ ਇਕੱਲੇ ਪੰਜਾਬ ਦਾ ਨਹੀਂ ਹੈਗਾ, ਸਾਰੇ ਭਾਰਤ ਦੇ ਕਿਸਾਨ ਜਿਹੜੇ ਅੰਦੋਲਨ ਕਰ ਰਹੇ ਆ। ਪਰ ਕਿਉਂਕਿ ਏਜੰਡਾ ਇਹ ਆ ਕਿ ਵੀ ਇਹ ਕਿਸਾਨ ਅੰਦੋਲਨ ਨੂੰ ਸਾਰੇ ਭਾਰਤ ਦਾ ਅੰਦੋਲਨ ਨਾ ਦੱਸ ਕੇ ਸਿਰਫ ਪੰਜਾਬ ਦਾ ਅੰਦੋਲਨ ਦਿਖਾਇਆ ਜਾਂਦਾ। ਦੂਸਰੀ ਗੱਲ ਇਹ ਆ ਵੀ MSP 'ਤੇ ਹੁਣ ਗੋਦੀ ਮੀਡੀਆ ਨੂੰ ਜਵਾਬ ਦੇਣ ਦਾ ਸਭ ਤੋਂ ਵਧੀਆ ਤਰੀਕਾ ਸਾਨੂੰ ਮਿਲਿਆ, ਕਿਉਂਕਿ ਪਿਛਲੇ ਇੱਕ ਦੋ ਦਿਨਾਂ ਦੇ ਵਿੱਚ ਮੈਸੇਜ ਤੁਸੀਂ ਵੀ ਦੇਖਿਆ ਹੋਊਗਾ ਵੀ ਕਾਫੀ ਘੁੰਮਿਆ ਵੀ ਅਰਜਨ ਤੰਦੂਲਕਰ ਜਿਹੜਾ ਹੈਗਾ ਉਹਦਾ IPL ਦੇ ਵਿੱਚ ਕਿਸੇ ਵੀ ਟੀਮ ਨੇ ਉਹਨੂੰ ਖਰੀਦਿਆ ਨਹੀਂ, ਅਤੇ ਫਿਰ ਕੀ ਹੋਇਆ ਮੁੰਬਈ ਇੰਡੀਅਨਸ ਦੀ ਟੀਮ ਨੇ ਉਸ ਦੇ ਬੇਸ ਪ੍ਰਾਈਸ 'ਤੇ 20 ਲੱਖ ਦੇ ਵਿੱਚ ਉਹਨੂੰ ਖਰੀਦਿਆ। ਤਾਂ ਘੱਟੋ ਘੱਟ ਮੁੱਲ ਆ ਜਿਹੜਾ ਇਹੀ ਕਿਸਾਨ ਮੰਗਦੇ ਆ। ਕਿਸਾਨ ਇਹ ਚਾਹੁੰਦਾ ਹੈ ਵੀ ਮੇਰੀ ਫਸਲ 'ਤੇ ਘੱਟੋ ਘੱਟ ਮੁੱਲ ਤੈਅ ਕੀਤਾ ਜਾਵੇ, ਅਤੇ ਉਹਦੀ ਗਰੰਟੀ ਕਾਨੂੰਨ ਆ ਜਿਹੜਾ ਗਰੰਟੀ ਦਾ ਕਾਨੂੰਨ ਬਣਾਇਆ ਜਾਵੇ ਕਿ ਜਿਹੜੀ ਫਸਲ ਆ ਕਿਸਾਨ ਦੀ ਉਹ ਇਸ ਮੁੱਲ ਤੋਂ ਘੱਟ ਮੁੱਲ 'ਤੇ ਨਹੀਂ ਖਰੀਦੀ ਜਾਵੇ। ਇਹਦੇ 'ਚ ਰੌਲੇ ਵਾਲੀ ਤਾਂ ਕੋਈ ਗੱਲ ਨਹੀਂ ਹੈ। ਅਤੇ ਜੇ ਦੇਖੋ ਵੀ ਤੰਦੂਲਕਰ ਦਾ ਬੇਟਾ ਜਿਹੜਾ ਉਹਦਾ ਘੱਟੋ ਘੱਟ ਮੁੱਲ ਤੈਅ ਸੀਗਾ ਕਿ 20 ਲੱਖ ਤੋਂ ਘੱਟ 'ਚ ਇਹਨੂੰ ਨਹੀਂ ਖਰੀਦਣਾ। ਹਾਂ, ਨਾ ਖਰੀਦੇ ਤਾਂ ਗੱਲ ਵੱਖਰੀ ਸੀ, ਪਰ ਜੇ ਕੋਈ ਕਹਿੰਦਾ ਵੀ 5-7 ਲੱਖ ਰੁਪਇਆ ਲੈ ਲਿਆ ਤਾਂ ਸਾਡੀ ਟੀਮ ਵੱਲੋਂ ਖੇਡ ਲਾ, ਅਤੇ ਉਹ ਕਿੰਨਾ ਦੁੱਖ ਹੋਣਾ ਸੀਗਾ ਉਹਨੂੰ ਤੰਦੂਲਕਰ ਨੂੰ, ਸਚਿਨ ਤੰਦੂਲਕਰ ਨੂੰ ਵੀ, ਅਰਜਨ ਤੰਦੂਲਕਰ ਨੂੰ ਵੀ, ਅਤੇ ਹੋ ਸਕਦਾ ਅੰਧ ਭਗਤਾਂ ਨੂੰ ਵੀ ਹੁੰਦਾ ਕਿ ਸਾਡੇ ਸਚਿਨ ਤੰਦੂਲਕਰ ਦਾ ਬੇਟਾ ਜਿਹੜਾ ਉਹ 5-7 ਲੱਖ 'ਚ ਕਿਉਂ ਖਰੀਦਿਆ ਗਿਆ। ਅਤੇ ਉਹਨੂੰ ਪਰ ਉਹਦੇ ਕੋਲ ਇੱਕ ਪਾਵਰ ਸੀਗੀ ਕਿ ਉਹਨੂੰ ਬੇਸ ਪ੍ਰਾਈਸ ਤੋਂ ਘੱਟ 'ਤੇ ਕੋਈ ਖਰੀਦ ਨਹੀਂ ਸਕਦਾ ਸੀ, ਇਸ ਕਰਕੇ ਮੁੰਬਈ ਇੰਡੀਅਨਸ ਨੇ ਉਹਨੂੰ 20 ਲੱਖ 'ਤੇ ਖਰੀਦ ਲਿਆ। ਹੁਣ ਇਹੀ ਕਿਸਾਨ ਚਾਹੁੰਦੇ ਆ ਕਿ ਸਾਡੀ ਫਸਲ ਦਾ ਘੱਟੋ ਘੱਟ ਰੇਟ ਆ ਜਿਹੜਾ ਤੈਅ ਹੋਵੇ, ਉਹਦਾ ਕਾਨੂੰਨ ਬਣਿਆ ਹੋਵੇ ਕਿ ਇਹਨੂੰ ਘੱਟ ਰੇਟ 'ਤੇ ਕੋਈ ਸਾਡੀ ਫਸਲ ਨਾ ਖਰੀਦੇ। ਇਹ ਸਿੱਧੇ ਜਿਹੇ ਸਪਸ਼ਟਾਂ 'ਚ ਬਹੁਤ ਹੀ ਸੌਖੇ ਤਰੀਕੇ ਨਾਲ MSP ਦਾ ਜਿਹੜਾ ਆਪਾਂ ਸਮਝਾ ਸਕਦੇ ਹਾਂ। ਦੂਸਰੀ ਗੱਲ ਇਹ ਵੀ ਕਿਸਾਨ ਅੰਦੋਲਨ ਚੱਲ ਰਿਹਾ ਅਤੇ ਅਲੱਗ ਅਲੱਗ ਗਾਇਕ ਕਲਾਕਾਰ ਜਿਹੜੇ ਉਹ ਇਹਦੇ ਵਿੱਚ ਯੋਗਦਾਨ ਪਾ ਰਹੇ ਆ, ਅਤੇ ਅੱਜ ਇੱਕ ਗੀਤ ਲਹਿੰਦੇ ਪੰਜਾਬ ਦੇ ਗਾਇਕ ਸੈਮੀ ਜੱਟ ਨੇ ਜਿਹੜਾ ਗਾਇਆ ਬਹੁਤ ਹੀ ਵਧੀਆ ਲਿਖਿਆ, ਉਹ ਚੜ੍ਹਦੇ ਪੰਜਾਬ ਦੇ ਸਾਡੇ ਮਨਿੰਦਰ ਦੌਲਤਪ੍ਰੀਆ ਨੇ ਆ, ਬਹੁਤ ਹੀ ਸੋਹਣਾ ਗੀਤ ਆ, ਬਹੁਤ ਹੀ ਮੋਟੀਵੇਸ਼ਨਲ ਗੀਤ ਆ, ਅਤੇ ਤੁਸੀਂ ਵੀ ਇਸ ਗੀਤ ਨੂੰ ਜ਼ਰੂਰ ਸੁਣੋ ਅਤੇ ਬਾਕੀ ਆਪਣੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਵੀ ਜ਼ਰੂਰ ਕਰੋ। ਇਸ ਗੀਤ ਦਾ ਲਿੰਕ ਆ ਜਿਹੜਾ ਡਿਸਕ੍ਰਿਪਸ਼ਨ ਦੇ ਵਿੱਚ ਮੈਂ ਦੇ ਦਿੰਦਾ, ਅਤੇ ਉੱਥੇ ਜਾ ਕੇ ਉਸ ਗੀਤ ਨੂੰ ਵੱਧ ਤੋਂ ਵੱਧ ਸਪੋਰਟ ਕਰੋ, ਕਿਉਂਕਿ ਜਿਹੜੇ ਗੀਤ ਹੁੰਦੇ ਆ ਇਹ ਅੰਦੋਲਨਾਂ ਦੇ ਵਿੱਚ ਬਹੁਤ ਹੀ ਭਾਰੀ ਯੋਗਦਾਨ ਹੁੰਦਾ ਇਹਨਾਂ ਦਾ। ਲਹਿੰਦੇ ਪੰਜਾਬ ਦੇ ਲੋਕ ਵੀ ਸਾਡੀ ਸਪੋਰਟ ਕਰਦੇ, ਸਾਡੇ ਅੰਦੋਲਨ ਦੀ ਸਪੋਰਟ ਕਰਦੇ ਆ, ਅਤੇ ਤੁਸੀਂ ਵੀ ਵੱਧ ਤੋਂ ਵੱਧ ਇਸ ਗੀਤ ਨਾਲ ਨੂੰ ਸ਼ੇਅਰ ਕਰਕੇ ਸਪੋਰਟ ਕਰਕੇ ਉਸ ਗਾਇਕ ਦਾ ਉਸ ਕਲਾ ਗੀਤਕਾਰ ਦਾ ਹੌਸਲਾ ਬਜਾਈ ਕਰੋ। ਅਤੇ ਉਮੀਦ ਆ ਕਿ ਤੁਹਾਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਹੋਵੇਗੀ, ਅਤੇ ਬਹੁਤ ਬਹੁਤ ਧੰਨਵਾਦ।